परम सयानी राधा, परम सयानी राधा, पिए उन भावनी राधा, पिए ही भावनी राधा, पिए मन मोहनी राधा, पिए मन मोहनी राधा, प्यारी प्यारी राधा, कृष्ण शिरोमणि राधा, वृंदावन वारी राधा, सोहाग नवेली राधा, अनुराग सुवेली राधा, ओ राधा राधा राधा, ओ कोकिल बहनी राधा, ओ कोकिल बहनी राधा, ओ हंसा दमनी राधा, ओ राधा दमनी राधा, वृंदावन रानी राधा, मोहन मनमानी राधा, चंद चकोरी राधा।
मैंने माथे पर समझ चंदन लगाई थी, वो ब्रज रज मैंने माथे पर। समझ चंदन सुखद है सास वो सदियों पुराना याद आता है, सुखद है सास वो वर्षों पुराना याद आता है, सुखद है सास वो वर्षों पुराना याद आता है, सास वो याद आता है, वो पहली बार वृंदावन का जाना याद आता है, वो पहली बार वृंदावन का जाना याद आता है, मुझे वो आज भी मंजर सुहाना याद आता है, मुझे वो आज ਹਾਂਜੀ ਕੀ ਕਹੋਗੇ ਅੱਜ ਜਿਹੜਾ ਕੀਰਤਨ ਕਰਵਾਇਆ ਗਿਆ ਇਹਨੂੰ ਲੈ ਕੇ? ਹਾਂਜੀ ਅੱਜ ਦਾ ਜਿਹੜਾ ਕੀਰਤਨ ਸੀ ਉਹ ਸਾਡੀ ਵਰਿੰਦਾਵਨ ਜੋ ਬੱਸ ਗਈ ਸੀ ਸਾਡੀ ਉਸ ਦੀ ਯਾਦਾਂ ਤਾਜ਼ਾ ਕਰਨ ਲਈ ਵੀ, ਅਤੇ ਅਸੀਂ ਇੱਕ ਮਤਲਬ ਸਾਰਿਆਂ ਨੇ ਇੱਕ ਪ੍ਰਣ ਲਿਆ ਕਿ ਜਿੰਨੇ ਵੀ ਅਸੀਂ ਬੱਸ 'ਚ ਗਏ ਸੀ ਹਰ ਮਹੀਨੇ ਰਾਧਾ ਰਾਣੀ ਦਾ ਇੱਕ ਕੀਰਤਨ ਵਾਰੀ ਵਾਰੀ ਸਿਰ ਸਾਰਿਆਂ ਦੇ ਘਰ ਹੋਏਗਾ, ਜਿਵੇਂ ਕਿ ਅੱਜ ਦੂਜਾ ਨੰਬਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੇਰੇ ਘਰ ਸੀ, ਅਗਲੀ ਵਾਰ ਕਿਸੇ ਹੋਰ ਦੇ ਹੋਏਗਾ, ਅਤੇ ਬੜਾ ਹੀ ਆਨੰਦ ਆਇਆ ਕਿ ਇਹ ਲੱਗ ਰਿਹਾ ਸੀ ਕਿ ਸ਼ਾਇਦ ਬਾਂਕੇ ਬਿਹਾਰੀ ਨੂੰ ਵੀ ਲੱਗਦਾ ਫਾਜ਼ਿਲਕਾ ਵਾਲੇ ਕਿਤੇ ਨਾ ਕਿਤੇ ਮੈਨੂੰ ਯਾਦ ਕਰ ਰਹੇ ਨੇ, ਅੰਦਰੋਂ ਇਹ ਫੀਲਿੰਗ ਆ ਰਹੀ ਹੈ। ਜੀ ਕੀ ਕਹੋਗੇ? ਅੱਜ ਸਿੱਧੀ ਵਿਨਾਇਕ ਮਹਿਲਾ ਮੰਡਲੀ ਦੁਆਰਾ ਅਸੀਂ ਪਿੱਛੇ ਜੇ ਇੱਕ ਵਰਿੰਦਾਵਨ ਧਾਮ ਬੱਸ ਲੈ ਕੇ ਗਏ ਸੀ, ਉਸ ਤੋਂ ਬਾਅਦ ਸਾਰਿਆਂ ਦੀ ਇਹ ਜੀ ਤਾਰ ਬਾਂਕੇ ਬਿਹਾਰੀ ਨਾਲ ਜੁੜੀ, ਜਦੋਂ ਤੋਂ ਉਦੋਂ ਦੇ ਆਏ ਨੇ ਰਾਧਾ ਰਾਧਾ ਹੀ ਕਰੀ ਜਾਂਦੇ ਨੇ, ਉਹਦੇ ਉਪਲਕਸ਼ 'ਚ ਸਾਡੇ ਸਾਥੀਆਂ ਜਿੰਨੀਆਂ ਵੀ ਭੈਣਾਂ ਭਾਬੀਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਜਿੰਨੇ ਵੀ ਮਹੀਨੇ ਹੋਣਗੇ ਮਹੀਨੇ ਦੇ ਫਸਟ ਸ਼ਨੀਵਾਰ ਸਾਰਾ ਘਰੇ ਇੱਕ ਪਰਿਵਾਰ ਕਰੇ ਜਿਹੜਾ ਠਾਕੁਰ ਜੀ ਦਾ ਰਾਧਾ ਰਾਣੀ ਦਾ ਸੰਕੀਰਤਨ ਕੀਤਾ ਜਾਏਗਾ, ਉਸੇ ਲੜੀ ਦੇ ਵਿੱਚ ਅੱਜ ਸਾਡੇ ਭਾਬੀ ਰੇਖਾ ਜੀ ਸ਼ਰਮਾ ਔਰ ਸਾਡੇ ਭਾਈ ਸਾਹਿਬ ਨੀਰਜ ਜੀ ਸ਼ਰਮਾ ਦੇ ਘਰੇ ਰਾਧਾ ਰਾਣੀ ਦਾ ਬਾਂਕੇ ਬਿਹਾਰੀ ਦਾ ਸੰਕੀਰਤਨ ਕੀਤਾ, ਜਿਹਦੇ ਵਿੱਚ ਅਸੀਂ ਪੂਰੀਆਂ ਵਰਿੰਦਾਵਨ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਅੱਜ ਸਭ ਕੁਝ ਸਾਡੇ ਸਾਰਿਆਂ ਵੱਲੋਂ ਇਹ ਫੈਸਲਾ ਕੀਤਾ ਕਿ ਅਸੀਂ ਬਾਂਕੇ ਬਿਹਾਰੀ ਕੋਲ ਦੁਬਾਰਾ ਜਲਦੀ ਹੀ ਵਰਿੰਦਾਵਨ ਧਾਮ, ਜੇ ਠਾਕੁਰ ਜੀ ਨੇ ਚਾਹਿਆ ਤਾਂ ਜੂਨ ਜਾਂ ਜੁਲਾਈ 'ਚ ਜ਼ਰੂਰ ਜਲਦੀ ਤੋਂ ਜਲਦੀ ਅਸੀਂ ਉਹਨਾਂ ਕੋਲ ਪਹੁੰਚਾਂਗੇ, ਔਰ ਸਭ ਨੂੰ ਇੱਕ ਬੇਨਤੀ ਹੈ ਵੀ ਜੇਕਰ ਤੁਹਾਡੇ ਕੋਲ ਸਮਾਂ ਮਿਲੇ ਇੱਕ ਵਾਰੀ ਜ਼ਰੂਰ ਵਰਿੰਦਾਵਨ ਧਾਮ ਜ਼ਰੂਰ ਹੋ ਕੇ ਆਓ। ਸਾਡੇ ਉਹ ਬੀ ਪ੍ਰੈਂਕ ਜੀ ਕਹਿੰਦੇ ਹੁੰਦੇ ਨੇ, ਉਹ ਵੀ ਪਹਿਲਾਂ ਜੁੜੇ ਹੋਏ ਸੀ ਆਪਣੀ ਇੰਡਸਟਰੀ ਨਾਲ, ਉਸ ਤੋਂ ਬਾਅਦ ਜਦੋਂ ਤੋਂ ਵਰਿੰਦਾਵਨ ਆਏ ਨੇ ਉਹਨਾਂ ਨੇ ਇੱਕ ਬਾਈਟ ਦਿੱਤੀ ਸੀ ਵਰਿੰਦਾਵਨ ਧਾਮ ਜਾਈਓ ਤਾਂ ਸੋਚ ਸਮਝ ਕੇ ਜਾਈਓ, ਬਾਅਦ ਮੈਂ ਬਦਲੇ ਬਦਲੇ ਅਸੀਂ ਹੋ ਜਾਵਾਂਗੇ। ਇਹ ਗੱਲ ਵਾਕਿਆ ਹੀ ਸਹੀ ਹੈ, ਜਦੋਂ ਦੇ ਸਾਡੇ ਗਏ ਨੇ ਅਸੀਂ ਲਗਭਗ ਸਾਰੇ ਪਹਿਲੀ ਵਾਰੀ ਜਾਂ ਦੂਜੀ ਵਾਰੀ ਗਏ ਆ, ਉਸ ਤੋਂ ਬਾਅਦ ਜੋ ਬਦਲਾਵ ਅਸੀਂ ਇਹਦੀ ਜ਼ਿੰਦਗੀ 'ਚ ਆਪਣੇ ਪਰਿਵਾਰਾਂ 'ਚ ਦੇਖਿਆ, ਉਹ ਜਿਹੜਾ ਬਦਲਾਵ ਹੈ ਬੜਾ ਹੀ ਅੱਛਾ ਬਦਲਾਵ ਹੈ, ਸਾਰਿਆਂ ਦੇ ਘਰਾਂ 'ਚ ਰਾਧਾ ਰਾਧਾ ਨਾਮ ਦੀ ਧੁਨੀ ਚੱਲਦੀ ਰਹਿੰਦੀ ਹੈ, ਸਭ ਨੂੰ ਬੇਨਤੀ ਹੈ ਇੱਕ ਵਾਰੀ ਵਰਿੰਦਾਵਨ ਧਾਮ ਜ਼ਰੂਰ ਹੋ ਕੇ ਆਓ। ਇਹ ਬਦਲਾਵ ਆਮ ਆਦਮੀ ਪਾਰਟੀ ਵਾਲਾ ਬਦਲਾਵ ਤਾਂ ਨਹੀਂ ਕਿਤੇ? ਨਹੀਂ ਨਹੀਂ, ਇਹ ਰਾਜਨੀਤੀ ਵਾਲਾ ਬਦਲਾਵ ਨਹੀਂ, ਜੋ ਸਰਕਾਰ 5 ਸਾਲ ਹੈ ਇਹ ਸਰਕਾਰ ਸਾਲੋਂ ਸਾਲ ਚੱਲੀ ਆ ਰਹੀ ਹੈ, ਔਰ ਇਹ ਜਿਹੜੀ ਸਰਕਾਰ ਹੈ ਸਾਲੋਂ ਸਾਲ ਹੀ ਚੱਲਦੀ ਰਹੇਗੀ। ਕਿਸ ਤਰ੍ਹਾਂ ਦਾ ਬਦਲਾਵ ਦੇਖਣ ਨੂੰ ਮਿਲਿਆ? ਦੇਖੋ ਛੋਟੇ ਛੋਟੇ ਬੱਚੇ ਵੱਡੇ, ਦੇਖੋ ਆਪਾਂ ਸਾਰਾ ਦਿਨ ਸ਼ਾਮ ਨੂੰ ਪਾਰਟੀਆਂ ਪਹਿਲਾਂ ਸਾਡੇ ਆਦੇ ਕਰਦੇ ਹੀ ਆ, ਸਾਰੇ ਬੱਚੇ ਮੋਬਾਈਲਾਂ 'ਤੇ ਗ੍ਰਿਲਾਂ 'ਤੇ ਇੱਥੇ ਲੱਗੇ ਰਹਿੰਦੇ ਸੀ, ਜਦੋਂ ਤੋਂ ਅਸੀਂ ਹੋ ਕੇ ਆਏ ਹਾਂ ਸਭ ਦੇ ਘਰ ਸ਼ਾਮ ਨੂੰ ਰਾਧਾ ਰਾਣੀ ਦਾ ਸੰਕੀਰਤਨ, ਮੋਬਾਈਲ ਦੀਆਂ ਰਿੰਗਟੋਨਾਂ ਦੇਖੀਆਂ ਉਹਨਾਂ ਦੇ ਰਾਧਾ ਰਾਣੀ ਦਾ, ਉਹਨਾਂ ਦੇ ਸਟੇਟਸ ਚੈੱਕ ਕਰੋ ਰਾਧਾ ਰਾਣੀ ਠਾਕੁਰ ਜੀ ਦੇ, ਇਹੀ ਬਦਲਾਵ ਹੈ ਜੀ, ਇਹੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਇਹਦੀ ਜਨਰੇਸ਼ਨ ਨੂੰ ਆਪਦੀ ਸੰਸਕ੍ਰਿਤੀ ਦੇ ਨਾਲ ਆਪਦੇ ਵੇਦ ਆਪਦੀ ਸੰਸਕ੍ਰਿਤੀ ਸਾਡੇ ਬਾਂਕੇ ਬਿਹਾਰੀ ਠਾਕੁਰ ਜੀ ਨਾਲ ਅੱਛੀ ਚੀਜ਼ਾਂ ਨਾਲ ਜੋੜੀਏ, ਤਾਂ ਜੋ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਦੇ ਕਲਯੁੱਗ ਦੇ ਵਿੱਚ ਆਧੁਨਿਕ ਦੇ ਵਿੱਚ ਬੜੇ ਹੀ ਬੱਚੇ ਨਸ਼ਿਆਂ 'ਚ ਗਲਤ ਤਰੀਕੇ ਜਾ ਰਹੇ ਨੇ, ਜਦੋਂ ਆਪਾਂ ਬੱਚੇ ਨੂੰ ਭਾਗਵਤ ਵੱਲੇ ਜਾਂ ਅਧਿਆਤਮਿਕ ਵੱਲੇ ਜੋੜ ਦਾਂਗੇ ਤਾਂ ਜ਼ਰੂਰ ਕੋਸ਼ਿਸ਼ ਰਹੇਗੀ ਬਾਂਕੇ ਬਿਹਾਰੀ ਉਹਨਾਂ ਨੂੰ ਆਪਦੇ ਨਾਲ ਜੋੜਨਗੇ ਅਤੇ ਗਲਤ ਤਰੀਕੇ ਗਲਤ ਰਸਤੇ 'ਤੇ ਨਹੀਂ ਲੈ ਕੇ ਜਾਣਗੇ।